ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗੁਰਪ੍ਰੀਤ ਆ, ਇਹ ਮੇਰੀ ਬੇਟੀ ਹੈ ਗੁਰਜੋਤ ਕੌਰ। ਅਸੀਂ ਆਸਟ੍ਰੇਲੀਆ ਤੋਂ ਆਏ ਹਾਂ ਅਤੇ ਇਹਦੀ ਹੁਣੇ ਹੀ ਟੌਨਸਲਾਈਟਿਸ ਅਤੇ ਐਡੀਨੋਇਡਸ ਦੀ ਸਰਜਰੀ ਹੋਈ ਆ ਅਤੇ ਸਾਡਾ ਬੜਾ ਵਧੀਆ ਐਕਸਪੀਰੀਅੰਸ ਰਿਹਾ ਹੀਲਿੰਗ ਹੋਸਪਿਟਲ ਦੇ ਵਿੱਚ। ਸਾਨੂੰ ਪਤਾ ਲੱਗਾ ਆਸਟ੍ਰੇਲੀਆ ਦੇ ਵਿੱਚ ਇਹਦੇ ਜਿੱਦਾਂ ਟੌਨਸਲਾਈਟਿਸ ਬਹੁਤ ਵੱਡੇ ਸੀਗੇ, ਇਹਦਾ ਏਅਰਵੇ ਬਹੁਤ ਛੋਟਾ ਸੀਗਾ। ਸੋ ਅਸੀਂ ਟਰਾਈ ਕੀਤਾ ਵੀ ਸਾਨੂੰ ਜਲਦੀ ਡੇਟ ਮਿਲ ਜੇ। ਥੋੜ੍ਹਾ ਜਿਹਾ ਮੈਡੀਕਲ ਸਿਸਟਮ ਉੱਥੇ ਸਲੋ ਆ, ਉਹ ਵੇਟ ਕਰਦੇ ਆ ਵੀ ਪੂਰਾ ਪੀਕ 'ਤੇ ਆ ਜਾਏ, ਫਿਰ ਉਹ ਮਤਲਬ ਥੋੜ੍ਹੀ ਐਮਰਜੈਂਸੀ 'ਚ ਤੁਹਾਨੂੰ ਡੇਟ ਮਿਲਦੀ ਆ। ਸੋ ਅਸੀਂ ਫਿਰ ਸ਼ੋਰਟ ਲਿਫਟ ਕਰਨੇ ਸ਼ੁਰੂ ਕਰ ਦਿੱਤੇ ਇੰਡੀਆ ਦੇ ਹੋਸਪਿਟਲ, ਅਤੇ ਫਾਈਨਲੀ ਸਾਨੂੰ ਹੀਲਿੰਗ ਹੋਸਪਿਟਲ ਦਾ ਸਾਰੇ ਰਿਵਿਊਜ਼ ਵਗੈਰਾ ਸਾਰੇ ਵਧੀਆ ਲੱਗੇ। ਫਿਰ ਅਸੀਂ ਫਾਈਨਲੀ ਇੱਥੇ ਆਏ, ਆ ਕੇ ਚੈੱਕਅਪ ਕਰਾਇਆ ਅਤੇ ਡਾਕਟਰ ਲਵਕੇਸ਼ ਦੇ ਨਾਲ ਸਾਡੀ ਮੀਟਿੰਗ ਹੋਈ। ਡਾਕਟਰ ਲਵਕੇਸ਼ ਨੇ ਸਾਨੂੰ ਗਾਈਡ ਕੀਤਾ, ਨੈਕਸਟ ਡੇ ਸਾਨੂੰ ਸਰਜਰੀ ਦੀ ਡੇਟ ਮਿਲੇਗੀ। ਠੀਕ ਆ ਜੀ, ਇਹਦਾ ਓਪਰੇਟ ਕਰਾਇਆ, ਇੱਕ ਰਾਤ ਰਹੇ। ਸ਼ੀ ਇਜ਼ 5 ਈਅਰਸ ਓਲਡ ਐਂਡ ਸ਼ੀ ਇਜ਼ ਵੈਰੀ ਬਰੇਵ ਗਰਲ, ਸ਼ੀ ਡਿਡ ਵੈਰੀ ਵੈਲ, ਸ਼ੀ ਡਿਡਨਟ ਕਰਾਏ ਐਂਡ ਫਾਈਨਲੀ ਮਤਲਬ ਬੜਾ ਅੱਛੀ, ਕੋਈ ਕੰਪਲੀਕੇਸ਼ਨ ਨਹੀਂ ਆਈ, ਰਿਕਵਰੀ ਬੜੀ ਵਧੀਆ ਰਹੀ ਇਹਦੀ। ਵੀ ਆਰ ਵੈਰੀ ਹੈਪੀ ਵਿਦ ਹਰ ਰਿਕਵਰੀ ਅਤੇ ਵਿਦ ਦਾ ਹੋਸਪਿਟਲ ਸਟਾਫ, ਸਾਨੂੰ ਵਧੀਆ ਪ੍ਰਾਈਵੇਟ ਰੂਮ ਦਿੱਤਾ ਇਹਨਾਂ ਨੇ ਅਤੇ ਵਿੱਚ ਵਾਸ ਮਤਲਬ ਵੀ ਮਤਲਬ ਸਾਨੂੰ ਕੋਈ ਵੀ ਕੰਪਲੇਂਟ ਨਹੀਂ ਹੈਗੀ। ਹੋਸਪਿਟਲ ਸਟਾਫ ਨੇ ਵੀ ਸਾਡੀ ਬੜੀ ਹੈਲਪ ਕੀਤੀ ਰਾਤ ਦਿਨੇ, ਮਤਲਬ ਜਦੋਂ ਵੀ ਲੋੜ ਸੀਗੀ, ਦੇ ਵਾਸ ਵੈਰੀ ਵੈਲਕਮਿੰਗ ਐਂਡ ਆਲਵੇਜ਼ ਅਵੇਲੇਬਲ। ਠੀਕ ਹੈ ਜੀ, ਅਤੇ ਬੇਬੀ ਯੂ ਹੈਪੀ, ਆਲ ਗੁੱਡ, ਕੁਛ ਕਹਿਣਾ? ਓਕੇ, ਠੀਕ ਹੈ ਜੀ, ਥੈਂਕ ਯੂ ਵੈਰੀ ਮੱਚ। ਅਤੇ ਤੁਸੀਂ ਕੋਈ ਵੀ ਟ੍ਰੀਟਮੈਂਟ ਬੱਚਿਆਂ ਨੂੰ ਲੈ ਕੇ ਕੁਛ ਵੀ ਕਰਾਉਣਾ, ਹੀਲਿੰਗ ਹੋਸਪਿਟਲ 'ਤੇ ਤੁਸੀਂ ਬੇਝਿਜਕ ਹੋ ਕੇ ਆ ਸਕਦੇ ਹੋ।